ਗ੍ਰਾਮ ਪੰਚਾਇਤ ਪਿੰਡ ਪਿੰਡੀ ਬਲੋਚਾਂ ਦੀ ਸਰਪੰਚੀ ਦੇ ਹੋਂਹਾਰ ਉਮੀਦਵਾਰ ਵਰਿੰਦਰ ਸਿੰਘ ਬਰਾੜ ਸਰਪੰਚੀ ਲਈ ਉਮੀਦਵਾਰ ਹਨ ਪਿੰਡ ਦੇ ਵਿਕਾਸ ਵਾਸਤੇ ਉਹਨਾਂ ਦੇ ਮੁਤਾਬਕ ਉਹ ਕੀ ਕੁਝ ਕਰ ਸਕਦੇ ਹਨ ਆਓ ਆਪਾਂ ਉਹਨਾਂ ਦੇ ਪਾਸੋਂ ਸੁਣਦੇ ਹਾਂ ਉਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਮੌਜੂਦ ਹਾਂ ਪਿੰਡ ਪਿੰਡੀ ਬਲੋਚਾਂ ਜੋ ਸਾਦਕ ਏਰੀਆ ਦੇ ਵਿੱਚ ਪੈਂਦਾ ਉਥੋਂ ਦੇ ਸਰਪੰਚੀ ਦੇ ਉਮੀਦਵਾਰ ਵਰਿੰਦਰ ਦੀ ਜੋ ਕਿ ਪੜੇ ਲਿਖੇ ਇਨਸਾਨ ਨੇ ਵਰਿੰਦਰਜੀ ਜੀ ਅਪਾ ਬਰਾੜ ਸਾਹਿਬ ਨਾਲ ਇਹ ਵਿਚਾਰ ਕਰਾਂਗੇ ਵੀ ਉਹ ਇਸ ਸਰਪੰਚੀ ਦੇ ਇਲੈਕਸ਼ਨਾਂ ਵਿੱਚ ਕਿਹੜੇ ਵਿਸ਼ੇ ਲੈ ਕੇ ਆਏ ਨੇ ਤੇ ਕੀ ਉਹ ਸੁਧਾਰ ਕਰਨ ਆਪਣੇ ਪਿੰਡ ਦੇ ਲਈ ਕੀ ਸੁਧਾਰ ਕਰਨਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਵਰਿੰਦਰਦੀਪ ਸਿੰਘ ਬਰਾੜ ਤੇ ਮੈਂ ਪਿੰਡੀ ਬਰੋਚਾ ਦਾ ਸਰਪੰਚੀ ਦਾ ਉਮੀਦਵਾਰ ਹਾਂ ਕਿੰਨੀ ਤੁਹਾਡੀ ਪੜ੍ਹਾਈ ਕਿੰਨੀ ਹੈ ਜੀ ਭਾਈ ਮੈਂ ਬੀਟੈਕ ਮਕੈਨਿਕਲ ਕੀਤੀ ਆ ਉਸ ਤੋਂ ਬਗੈਰ ਮੈਂ ਕੁਛ ਪ੍ਰਾਈਵੇਟ ਜੌਬ ਕੀਤੀ ਆ ਆਵਰੇ ਫੀਲਡ ਰਿਲੇਟਡ ਕੁਛ ਬੈਂਕਿੰਗ ਚ ਕੀਤੀ ਆ ਜੌਬ ਇਸ ਤੋਂ ਇਲਾਵਾ ਮੈਂ ਯੂਪੀਐਸਸੀ ਦੀ ਤਿਆਰੀ ਕੀਤੀ ਹੈ ਸਿਵਲ ਸਰਵਿਸਸ ਦੀ ਆ ਮੈਂ ਪ੍ਰੋਫੈਸ਼ਨ ਕੀਤੀ ਹੈ ਜਿਹਦੇ ਚ ਮਤਲਬ ਕਿ ਕਹ ਲੋ ਆਈਐਸ ਆਈਪੀਐਸ ਦੀ ਪ੍ਰੋਫੈਸ਼ਨ ਹੁੰਦੀ ਜਿਹੜੀ ਤੇ ਇ ਇਧਰ ਤੁਸੀਂ ਸਰਪੰਚੀ ਦੇ ਇਲੈਕਸ਼ਨਰ ਚ ਇਧਰ ਕੀ ਸੋਚ ਕੇ ਆਏ ਹੋ ਫੇਰ ਮੈਂ ਗੱਲ ਪੂਰੀ ਕਰ ਲਵਾਂ ਵੀ ਮੈਂ ਨਾ ਕੁਛ ਚਿਰ ਲਈ ਆਇਰਸ ਵੀ ਕੀਤੀ ਤੇ 7-8 ਬੈਂਡ ਲੈ ਕੇ ਬਾਹਰ ਦਾ ਵੀ ਸੋਚਿਆ ਸੀਗਾ ਪਰ ਜਦੋਂ ਮੈਂ ਵੇਖਿਆ ਵੀ ਸਾਰੇ ਬੰਦੇ ਬਾਹਰ ਤੁਰੇ ਜਾਂਦੇ ਆ ਹਾਂ ਤੇ ਉਥੋਂ ਵੀ ਕੋਈ ਹੈ ਨਹੀਂ ਮਤਲਬ ਕਿ ਪੰਜਾਬ ਦਾ ਸਿਸਟਮ ਖਰਾਬ ਹੋਈ ਬ੍ਰੇਨ ਡレイン ਹੋ ਰਿਹਾ ਹੈ ਆਪਣਾ ਜਿਹੜਾ ਬ੍ਰੇਨ ਸੀ ਜਿਹਨੇ ਪਿੰਡ ਬਾਰੇ ਜ਼ਿਲ੍ਹੇ ਬਾਰੇ ਸਟੇਟ ਬਾਰੇ ਨੇਸ਼ਨ ਬਾਰੇ ਆਪਣੇ ਬਾਰੇ ਸੋਚਣਾ ਉਹ ਤਾਂ ਬਾਹਰ ਚਲਾ ਗਿਆ ਠੀਕ ਹੈ ਤੇ ਇੱਥੇ ਫਿਰ ਆਪਾਂ ਨੂੰ ਕੋਈ ਕਹਿੰਦਾ ਵੀ ਦਿਮਾਗ ਹੋਵੇ ਜਿਹੜਾ ਸੋਚੇ ਲੋਕਾਂ ਬਾਰੇ ਸੋਚੇ ਗਰਾਸ ਰੂਟ ਲੈਵਲ ਤੇ ਉਹ ਹੈ ਨਹੀਂ ਸੀ ਕਰਕੇ ਵੀ ਸੋਚ ਮੇਰੀ ਹੋ ਗਈ ਵੀ ਇੱਥੇ ਵੀ ਕੁਝ ਕਰ ਗਿਆ ਆਪਾਂ ਕੰਮ ਵੀ ਸਾਰਾ ਆਪਣਾ ਬ੍ਰੇਨ ਤਾਂ ਉੱਥੇ ਜਾਵੜਿਆ ਤੇ ਆਪਣੇ ਇੱਥੇ ਬੰਦੇ ਸਾਰੇ ਆਲੇ-ਬੋਲੇ ਹੈਗੇ ਆ ਤੇ ਇਹਨਾਂ ਲਈ ਕੀ ਕਰ ਸਕਦੇ ਆ ਉਹ ਇੱਥੇ ਰਹਿ ਕੇ ਕਰ ਸਕਦੇ ਆ ਤੇ ਪਿੰਡੀ ਬਲੋਚਾਂ ਦੇ ਕਿਹੜੇ ਮੇਨ ਕੰਮ ਆ ਜਿਹੜੇ ਅਧੂਰੇ ਪਏ ਆ ਜਿਹੜੇ ਤੁਸੀਂ ਕਰੋਗੇ ਬਈ ਕੰਮ ਤਾਂ ਬਥੇਰੇ ਪਏ ਆ ਲਿਸਟ ਬਣਾਈਏ ਤਾਂ ਘਟੋ ਘਟ 20 25 30 ਜਿਹੜੇ ਕੰਮ ਆ ਜਿਹੜੇ ਪ੍ਰਾਇੋਰਟੀ ਤੇ ਕਰਨ ਵਾਲੇ ਆ ਸਭ ਤੋਂ ਵੱਡੀ ਐਨ ਮੌਕੇ ਦੀ ਜਿਹੜੀ ਗੱਲ ਆ ਵੀ ਆਪਾਂ ਪਾਣੀ ਪੀਨੇ ਆ ਜਾਂ ਸਾਹ ਲੈਨੇ ਆ ਠੀਕ ਆ ਉਦੋਂ ਬਾਅਦ ਪਾਣੀ ਆਪਣਾ ਮੇਨ ਵੈਲਿਊ ਰੱਖਦਾ ਹਾਂ ਜੀ ਪਵਨ ਗੁਰੂ ਪਾਣੀ ਪੀਤਾ ਮਾਦਾਦਾਰ ਤਾਂ ਮਹਤ ਠੀਕ ਹੈ ਮੇਂ ਜੀ ਜੀ ਅੱਜ ਪਾਣੀ ਦੀ ਸਮੱਸਿਆ ਆਈ ਵੀ ਸਾਡੇ ਪਿੰਡ ਵਿੱਚ ਕਈ ਟਾਣੀਆਂ ਦੇ ਵਿੱਚ ਪਾਣੀ ਨਹੀਂ ਪਹੁੰਚਦਾ ਬਿਆ ਉੱਥੇ ਵਾਟਰ ਸਪਲਾਈ ਹੈ ਨਹੀਂਗੀ ਕੋਸ਼ਿਸ਼ ਇੱਥੇ ਪਾਣੀ ਹੈਗਾ ਉਹ ਪਾਣੀ ਬਹੁਤ ਮਾੜਾ ਉਹ ਤੇ ਜਿਹੜੇ ਆ ਵੀ ਛੱਪੜ ਦਾ ਵੀ ਆ ਰਿਹਾ ਵਿੱਚ ਨਿਕਾ ਮਿਕਸ ਹੋ ਕੇ ਆ ਰਿਹਾ ਕੋਈ ਕਹ ਰਿਹਾ ਸੀਵਰੇਜ ਦਾ ਆ ਰਿਹਾ ਉਹਦੇ ਹੱਲ ਲਈ ਮੈਂ ਇੱਕ ਦੋ ਅਫਸਰਾਂ ਨਾਲ ਗੱਲ ਕੀਤੀ ਆ ਐਮਐਲਏ ਸਾਹਿਬ ਨਾਲ ਵੀ ਗੱਲ ਕੀਤੀ ਸੀਗੀ ਉਹਨਾਂ ਨੇ ਇਰਸ਼ਾਦ ਦਿੱਤਾ ਤੇ ਇਹਦੇ ਲਈ ਮੈਂ ਇੱਕ ਐਸਟੀਮੇਟ ਬਣਵਾਇਆ ਸੀਗਾ ਜੀ ਚ ਪਿੰਡ ਦੀ ਮੋਗੀ ਚੱਲ ਸਕਦੀ ਜਿਹੜੀ ਅਪਰੂਵ ਹੋਈ ਵੀ ਆ ਵਾਟਰ ਬਾਕਸ ਲਈ ਇਸ ਤੋਂ ਇਲਾਵਾ ਕੋਈ ਜਾਮ ਕੇ ਤੇ ਬੋਰ ਵੀ ਕਰ ਸਕਦੇ ਆ ਉਹਦੇ ਕੰਮ ਚੱਲ ਰਿਹਾ ਇੱਕ ਸੀਵਰੇਜ ਦੀ ਸਮੱਸਿਆ ਸੀ ਸੀਵਰੇਜ ਚੋਕ ਹੋਇਆ ਪਿਆ ਸੀਵਰੇਜ ਨੂੰ ਆਪਾਂ ਚੋਕਿੰਗ ਹਟਾਉਣ ਵਾਸਤੇ ਵੀ ਗੱਲ ਹੋਈ ਸੀ ਮਹਿਕਮੇ ਨਾਲ ਉਹ ਕੋਈ ਮਾ ਨੂੰ ਕੇ ਦੇ ਕੋਈ ਆਈ ਸੀ ਟੀਮ ਆ ਕੇ ਵੇਖ ਕੇ ਗਈ ਕਿ ਇਹਨੇ ਡ੍ਰਿਲਿੰਗ ਹੋਊਗੀ ਇਹਦੀ 9-10 ਵਾਰੀ ਪਰ ਚੋਣ ਜਾਬ ਦੇ ਕਰਕੇ ਵੀ ਅੱਜ ਆਪਾਂ ਕੰਮ ਚਲਾਉਨੇ ਆ ਉਹ ਆਪਣੇ ਤੇ ਗਲਤ ਪਊਗਾ ਹਾਂਜੀ ਤੇ ਨੌਜਵਾਨ ਹੋਣ ਦਾ ਤੇ ਤੁਸੀਂ ਨੌਜਵਾਨ ਪੀੜੀ ਬਾਰੇ ਕੀ ਸੋਚੇ ਨੌ ਸੋਚ ਹੀ ਨੌਜਵਾਨਾਂ ਬਾਰੇ ਰਹੀ ਹੈ ਜੀ ਗੱਲ ਆ ਵੀ ਨੌਜਵਾਨ ਆਪਣੇ ਜ਼ਿਆਦਾਤਰ ਤਾਂ ਬਾਹਰ ਜਾਵੜੇ 80% ਬਾਹਰ ਜਾਵੜੇ ਜਿਹੜੇ ਹੋ ਰਹੇ ਆ ਉਹ ਨਸ਼ਿਆਂ ਵੱਲ ਨੂੰ ਰੁਝਾਨ ਉਹਨਾਂ ਦਾ ਸੀਗਾ ਉਹਨਾਂ ਨੂੰ ਬਚਾਉਣ ਲਈ ਆਪਾਂ ਗਰਾਊਂਡ ਜਿਵੇਂ ਮੇਨ ਹੁੰਦਾ ਵੀ ਗੇਮ ਹੋਵੇ ਖੇਡਾਂ ਵੱਲ ਖੇਡਾਂ ਵੱਲ ਹੋਵੇ ਤੇ ਆਪੇ 2-3 ਘੰਟੇ ਜਿਹੜੇ ਵੇਸਟ ਦੇ ਮੋਬਾਈਲ ਤੇ ਲਾਉਣੇ ਆ ਜਾਂ ਕਿ ਲੜਾਈ ਤੇ ਲਾਉਣੇ ਆ ਜਾਂ ਕਿ ਹੋਰ ਗਲਤ ਕੰਮ ਤੇ ਲਾਉਣੇ ਆ ਉਹ ਉੱਥੇ ਲੱਗ ਜਣ ਗਰਾਊਂਡ 'ਚ ਤੇ ਉਦੋਂ ਵਾਰੀ ਆ ਕੀ ਹੋ ਸਕਦਾ ਉਹਦੇ ਲਈ ਫਿਰ ਇੱਕ ਸਾਡਾ ਟੂਰਨਾਮੈਂਟ ਹੋਇਆ ਸੀ ਉੱਥੇ ਇੱਕ ਮਤਾ ਜਾਂ ਬਾਸ ਹੋਇਆ ਕਿ ਤੇ ਆਪਾਂ ਗਰਾਊਂਡ ਬਣਾ ਲਈਏ ਉਹਦੇ ਲਈ ਮੈਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਮਤਲਬ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਗੱਲ ਕਰਕੇ ਇੱਕ ਚਾਰਦੁਆਰੀ ਦਾ ਐਸਟੀਮੇਟ ਬਾਸ ਕਰਵਾ ਲਿਆ 17 ਲੱਖ ਰੁਪਏ 'ਚ ਹੋਇਆ ਜਿਹਦੇ ਤੇ ਉਹ ਗਰਾਊਂਡ ਸਾਰਾ ਕਵਰ ਹੋ ਜਾਊਗਾ ਉਹਦੇ ਵਿੱਚ ਬੱਚੇ ਖੇਡਣਗੇ ਵੀ ਤੇ ਹੌਲੀ ਹੌਲੀ ਮਲਕੀ ਨਸ਼ਿਆਂ ਦਾ ਵੀ ਫਰਕ ਪਾਊਗਾ ਬੱਚਿਆਂ ਦੀ ਸਿਹਤ ਵੀ ਸਹੀ ਹੋਊਗੀ ਤੇ ਮਨ ਵੀ ਲੱਗੂ ਸਾਰਿਆਂ ਦਾ ਤੇ ਤੇ ਬ੍ਰਾਦਰ ਸਾਹਿਬ ਕਿਹੜੇ ਚੋਣ ਨਿਸ਼ਾਨ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਭਾਈ ਆਪਾਂ ਨੂੰ ਚੋਣ ਨਿਸ਼ਾਨ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਮਿਲਿਆ ਉਹ ਮਿਲਿਆ ਟੀਵੀ ਟੈਲੀਵਿਜ਼ਨ ਟੈਲੀਵਿਜ਼ਨ ਹਾਂਜੀ ਟੈਲੀਵਿਜ਼ਨ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਆ ਬੋਲਦੀਆਂ ਹਾਂਜੀ ਤਸਵੀਰਾਂ ਫੇਰ ਹੀ ਬੋਲਣੀਆਂ ਰੰਗਲੀਆਂ ਤਸਵੀਰਾਂ ਬਲਾਉਣੀਆਂ ਜੀ ਆਪਾਂ ਠੀਕ ਹੈ ਜੀ ਆਪਾਂ ਵੈਣਾਂ ਵਾਲੀਆਂ ਡੋਨ ਵਾਲੀਆਂ ਹਾਂਜੀ ਅੱਜ ਇਹ ਚ ਵੈਣ ਪੈਂਦੇ ਰੋਣ ਉਹ ਕਦੋਂ ਹੁੰਦਾ ਜਦੋਂ ਕੋਈ ਪੱਤ ਨਸ਼ੇ ਠੀਕ ਹੈ ਜੀ ਜੇ ਕੋਈ ਲੜਾਈ ਹੋ ਜੇ ਤੇ ਆਪਾਂ ਜਿਹੜੀਆਂ ਤਸਵੀਰਾਂ ਰੰਗਲੀਆਂ ਬੋਲਣੀਆਂ ਉਦੋਂ ਹੀ ਜਦੋਂ ਸਾਰੇ ਖੁਸ਼ੀ ਹੋਣਗੇ ਪਰਪਾ ਬਣਿਆ ਰਹੂਗਾ ਤੇ ਨਸ਼ਾ ਤੋਂ ਮੁਕਤ ਹੋ ਕੇ ਜਵਾਨੀ ਆਪਣੇ ਪੁੱਲੂਗੀ ਪਿੰਡ ਦੇ ਵਿੱਚ ਤੇ ਉਦਰ ਲਈ ਬਾਈ ਸੋਚ ਲ ਜਾਂਦੀ ਆਪਣੀ ਹੈਗੀ ਆ ਵੀ ਤਸਵੀਰਾਂ ਰੰਗीन ਲਿਆਉਣੀਆਂ ਹਨ ਕੀ ਅਪੀਲ ਕਰਨਾ ਚਾਹੁੰਦੇ ਆ ਪਿੰਡ ਵਾਸੀਆਂ ਨੂੰ ਪਿੰਡ ਵਾਸੀ ਨੂੰ ਅਪੀਲ ਆ ਬਈ ਜੀ ਪਹਿਲੀ ਵਾਰ ਇਹ ਸੋਚਣਾ ਹੋ ਸਕਦਾ ਪਿੰਡ ਚ ਪਹਿਲਾਂ ਵੀ ਕੋਈ ਚੱਲਿਆ ਹੋਵੇ ਪਰ ਮੈਂ ਆ ਵੀ ਨਿੱਜੀ ਜਿਹੜੀ ਸੋਚ ਮੇਰੀ ਇਹ ਆ ਵੀ ਬਦਲਾਅ ਕਰਨਾ ਜੋ ਬਦਲਾਅ ਲਈ ਕਨਸਟੀਟਿਊਸ਼ਨ ਆਫ ਇੰਡੀਆ ਜੋ ਆ ਇੰਡੀਆ ਸੰਵਿਧਾਨ ਆ ਉਹਨੇ ਪੰਚਾਇਤੀ ਰਾਜ ਨੂੰ 1992 ਵਿੱਚ ਮਾਨਤਾ ਦਿੱਤੀ ਹੈ ਜਿਹਦੇ ਤਰੂ ਕੋਲੇ ਬਹੁਤ ਕ ਐਕਸਟ੍ਰੀਮ ਪਾਵਰ ਹੈਗੀ ਆ ਪੰਚਾਇਤ ਕੋਲੇ ਉਹ ਕਿਤੇ ਵੀ ਆਪ ਦਾ ਫੰਡ ਰੂਬਰਤ ਸਕਦੀ ਆ ਕਿਤੇ ਵੀ ਉਹ 네ਗੋਸ਼ੀਏਸ਼ਨ ਕਰਾ ਸਕਦੀ ਪਿੰਡ ਲੈਵਲ ਤੇ ਪੰਚਾਇਤ ਚ ਵਾ ਕੇ ਲੋਕਾਂ ਦੇ ਰਾਈ ਨਾਮੇ ਕਰਾ ਸਕਦੀ ਆ ਤੇ ਉਹਦੇ ਬਾਬਤ ਹੀ ਮੈਨੇ ਚਾਹਣਾ ਵੀ ਆ ਹੀ ਮੇਰਾ ਵਿਜ਼ਨ ਆ ਵੀ ਐਸ ਲੈਵਲ ਤੋਂ ਪੰਚਾਇਤ ਸਭ ਤੋਂ ਜਿਹੜਾ ਜ਼ਮੀਨ ਨਾਲ ਜੁੜਿਆ ਹੋਇਆ ਲੈਵਲ ਆ ਉੱਥੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਠੀਕ ਹੈ ਇੱਕ ਵਧੀਆ ਕਹਿੰਦਾ ਘਰ ਹੁੰਦਾ ਪਹਿਲਾਂ ਸਭ ਤੋਂ ਪਹਿਲਾਂ ਬੇਸਿਕ ਘਰ ਤੋਂ ਬਾਅਦ ਪਿੰਡ ਹੁੰਦਾ ਉਦੋਂ ਬਾਅਦ ਹੀ ਦੇਸ਼ ਬਣਦਾ ਹਾਂਜੀ ਇੱਥੇ ਆ ਕੇ ਆਪਾਂ ਥੋੜਾ ਜਿਹਾ ਜ਼ੋਰ ਦੇ ਲਈਏ ਪਿੰਡ ਲੈਵਲ ਤੇ ਤੇ ਪਿੰਡ ਆਪਣਾ ਵਧੀਆ ਬਣ ਸੋਹਣਾ ਬਣ ਜੇ ਸ਼ਾਂਤ ਬਣ ਜੇ ਤੇ ਫਿਰ ਕਹ ਲੋ ਵੀ ਮੋਜੇ ਮੋਜਾ ਮਰਦ ਸਾਹਿਬ ਨੌਜਵਾਨ ਪੀੜੀ ਲਈ ਤੁਸੀਂ ਕਹਤਾ ਵੀ ਸਾਰਾ ਕੁਝ ਕਰਨ ਲੱਗੇ ਹੋ ਹੋਰ ਕੋਈ ਵਿਲੱਖਣਤਾ ਕੰਮ ਜਿਹੜਾ ਵੀ ਨੌਜਵਾਨ ਤੁਸੀਂ ਸੋਚਿਆ ਹੋਵੇ ਪਹਿਲਾਂ ਤਾਂ ਬਾਈ ਜੀ ਆਪਾਂ ਕਾਪੀ ਕਰਨੀ ਬਾਈ ਚਰਨਜੀਤ ਜਿਹੜੇ ਹੈਗੇ ਆ ਪਿੰਡ ਠੱਠਾਂ ਵਾਲੀ ਦੇ ਉਹਨਾਂ ਦੀ ਕਾਪੀ ਕਰਨੀ ਆ ਕਾਪੀ ਮਤਲਬ ਇਹ ਕਹਿ ਲਵਾਂ ਵੀ ਉਹਨਾਂ ਨੇ ਚੰਗਾ ਕੀਤਾ ਤੇ ਉਹਨਾਂ ਨੂੰ ਸਿੱਖਾਂਗੇ ਤੇ ਦੂਸਰੇ ਨੰਬਰ ਤੇ ਹੈਗਾ ਵੀ ਕੁਝ ਹੋਰ ਵੀ ਸਮੱਸਿਆਵਾਂ ਪੈਣਦੀਆਂ ਜਿਹੜੀਆਂ ਨਿਕਲ ਕੇ ਆਗੀਆਂ ਜਦੋਂ ਗੱਲਬਾਤ ਕਰਦੇ ਆ ਜਿਵੇਂ ਇੱਕ ਕਹਿ ਰਹੇ ਵੀ ਬੱਚੇ ਨਿੱਕਿਆਂ ਨੂੰ ਵੀ ਉਤਸ਼ਾਹਤ ਕਰੀਏ ਜਾਂ ਕੋਈ ਸਵੇਰ ਸਵੇਰ ਪ੍ਰੋਗਰਾਮ ਕਰਾ ਕੇ ਜਿਵੇਂ ਪੰਗੜੇ ਦੀ ਟ੍ਰੇਨਿੰਗ ਦੇ ਦਈਏ ਉਹਨਾਂ ਨੂੰ ਪੱਗ ਬੰਨਣ ਦੀ ਟ੍ਰੇਨਿੰਗ ਦੇ ਦਈਏ ਤੇ ਜਾਂ ਉਹ ਸਿੱਖੀ ਨਾਲ ਜੋੜ ਲਈਏ ਵੀ ਐਵੇਂ ਦੇ ਵੀ ਕੰਮ ਆਪਾਂ ਕਰਨੇ ਆ ਉਸ ਤੋਂ ਇਲਾਵਾ ਵੀ ਕੁਝ ਆਪਣੀਆਂ ਇੱਕ ਮਿੰਟ ਸਮੱਸਿਆ ਆਈ ਵੀ ਬੁੜੀਆਂ ਨੂੰ ਜਿਵੇਂ ਅੱਡਾ ਹੈਣੀਆਂ ਜੋ ਸਾਡੇ ਪਿੰਡ ਦੀ ਬੁੜੀਆਂ ਜ ਲੈਡੀਆਂ ਜਿਹੜੀਆਂ ਨੇ ਬੱਸ ਚੜਨਾ ਟੈਂਪੂ ਚੜਨਾ ਜਾਂ ਉੱਥੇ ਕਾਹਦੇ ਚੜਨਾ ਉਹਨਾਂ ਨੂੰ ਖੜਨਾ ਪੈਂਦਾ ਧੁੱਪੇ ਖੜਨਾ ਪੈਂਦਾ ਕਿਤੇ ਉਹਨਾਂ ਲਈ ਅੱਡੇ ਬਣਾ ਕੇ ਨਾ ਇੱਕ ਸਾਈਡ ਤੇ ਜਿੱਥੇ ਆਰਾਮ ਨਾਲ ਬੈਠ ਜਾਣ ਕੋਈ ਪੱਖਾ ਲੱਗਿਆ ਹੋਵੇ ਤੇ ਉਹ ਸੌਖਾ ਹੋ ਜੇ ਉਹਨਾਂ ਨੂੰ ਹਾਂਜੀ ਉਹ ਪੈਣਾ ਦੀ ਸਮੱਸਿਆ ਆਈ ਹੈ ਮੈਂ ਨਿਕਲ ਕੇ ਜਿਹੜੀ ਉਹ ਵੀ ਆਪਾਂ ਦੂਰ ਕਰ ਦਾਂਗੇ ਹਾਂਜੀ ਬਹੁਤ ਧੰਨਵਾਦ ਜੀ ਠੀਕ